ਪੰਜਾਬ 'ਚ ਕੈਪਟਨ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉੱਡੀਆਂ ਸ਼ਰਿਆਂ ਵਿਖਾਈ ਦੇਣ ਲੱਗੀਆਂ ਨੇ। ਤਸਵੀਰਾਂ ਸਾਹਮਣੇ ਆਈਆਂ ਨੇ ਪੰਜਾਬ ਦੇ ਸ਼ਹਿਰ ਜਲੰਧਰ ਤੋਂ। ਪੰਜਾਬ 'ਚ ਕੋਰੋਨਾ ਕਾਰਨ ਦਮ ਤੋੜਨ ਵਾਲੇ ਮਰੀਜ਼ਾਂ ਲਈ ਕੈਪਟਨ ਸਰਕਾਰ ਨੇ ਅੱਜ ਯਾਨੀ ਸ਼ਨਿਚਰਵਾਰ ਨੂੰ 11 ਵਜੇ ਤੋਂ ਲੈ ਕੇ 12 ਵਜੇ ਤੱਕ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ 1 ਘੰਟੇ ਦਾ ਮੌਨ ਵਰਤ ਅਤੇ ਆਵਾਜਾਈ ਠੱਪ ਰੱਖਣ ਦੀ ਅਪੀਲ ਕੀਤੀ ਸੀ, ਪਰੰਤੂ ਜਲੰਧਰ 'ਚ ਕੈਪਟਨ ਸਰਕਾਰ ਵੱਲੋਂ ਕੀਤੀ ਗਈ ਇਸ ਅਪੀਲ ਦੀਆਂ ਧੱਜੀਆਂ ਸ਼ਰਿਆਂ ਉੱਡਦੀਆਂ ਦਿਸੀਆਂ ਨੇ। ਦਰਅਸਲ ਜਲੰਧਰ 'ਚ 1 ਘੰਟੇ ਦੌਰਾਨ ਆਵਾਜਾਈ 'ਚ ਕੋਈ ਖਾਸ ਬਦਲਾਅ ਵੇਖਣ ਨੂੰ ਨਹੀਂ ਮਿਲਿਆ। ਸੜਕਾਂ 'ਤੇ ਲੋਕ ਆਪਣੇ ਵਾਹਨਾਂ ਦੇ ਨਾਲ ਆਪਣੇ ਆਪਣੇ ਕੰਮਾਂ 'ਤੇ ਜਾਂਦੇ ਵਿਖਾਈ ਦਿੱਤੇ। ਜਲੰਧਰ ਸ਼ਹਿਰ ਦੀਆਂ ਤਸਵੀਰਾਂ ਕੈਪਟਨ ਸਾਹਿਬ ਦੀ ਅਪੀਲ ਅੱਗੇ ਫੇਲ ਸਾਬਿਤ ਹੋ ਰਹੀਆਂ ਨੇ। ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਸ਼ਨੀਵਾਰ ਸਵੇਰੇ 11 ਵਜੇ ਤੋਂ 12 ਵਜੇ ਤੱਕ ਮੌਨ ਵਰਤ ਧਾਰ ਕੇ ਕੋਰੋਨਾ ਦੌਰਾਨ ਜਾਨਾਂ ਗਵਾ ਰਹੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਗਈ ਹੈ। ਜਲੰਧਰ ਤੋਂ ਬਿਊਰੋ ਰਿਪੋਰਟ, NC7 ਨਿਊਜ਼।